ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਆ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। 8:30 ਦਾ ਟਾਈਮ ਹੋ ਗਿਆ, ਆਪਣੇ ਮਿਸਤਰੀ ਮਜ਼ਦੂਰ ਹਲੇ ਤੱਕ ਆਏ ਕੋਈ ਨਹੀਂ ਗੇ। 8 ਵਜੇ ਇਹਨਾਂ ਨੂੰ ਆ ਜਾਣਾ ਚਾਹੀਦਾ ਵਾ, ਸਾਰੀ ਦੁਨੀਆ ਦੇ 8 ਵਜੇ ਆ ਜਾਂਦੇ ਆ, ਪਰ ਇਹ 8:30-9 ਵਜੇ ਆਉਂਦੇ ਨੇ। ਆ ਕੇ ਮੁੜ ਕੇ ਪੂਰੇ 5 ਵਜੇ ਤੋਂ ਪਹਿਲੇ 4:30 ਵਜੇ ਇਹਨਾਂ ਨੇ ਆਪਣੀਆਂ ਕੜਛੀਆਂ ਅਤੇ ਧੋਣੀਆਂ ਸ਼ੁਰੂ ਕਰ ਦੇਣੀਆਂ ਹੁੰਦੀਆਂ, ਕੜਛੀਆਂ ਦਾਬਦੇ ਦਾਬੜੇ, ਅਤੇ 9 ਵਜੇ ਨਿਕਲ ਜਾਂਦੇ ਅੱਲਾ ਦਾ ਨਾਂ ਲੈ ਕੇ। ਹੁਣ ਮੈਂ ਫਸਿਆ ਵਾਂ, ਮਿਸਤਰੀ ਮਜ਼ਦੂਰ ਹੋਰ ਲੱਭਦਾ ਕੋਈ ਨਹੀਂ ਗਾ। ਵਾਢੀਆਂ ਸ਼ੁਰੂ ਹੋਈਆਂ ਨੇ, ਲੋਕ ਵਾਢੀਆਂ 'ਤੇ ਗਏ ਨੇ, ਮੇਰਾ ਰਹਿ ਗਿਆ 2-3 ਦਿਨ ਦਾ ਕੰਮ। ਕੋਈ ਨਹੀਂ, ਅੱਲਾ ਖੈਰ ਕਰੇ, ਕਰਾ ਲਈਏ। ਉਹ ਤੋਂ ਬਾਅਦ ਜਿਹੜਾ ਉੱਤੇ ਕੰਮ ਕਰਾਉਣਾ ਵਾ, ਫਿਰ ਇਹਨਾਂ ਨੂੰ ਕਿੰਨੇ ਸੱਦਣਾ, ਫਿਰ ਇਹ ਲੱਭਦੇ ਰਹਿਣਗੇ ਹੋਰ, ਅਤੇ ਅਸੀਂ ਫਿਰ ਕਰਾਉਂਦੇ ਰਹਾਂਗੇ ਕਿਸੇ ਹੋਰ ਕੋਲੋਂ। ਆਪਣੇ ਪਹਿਲੇ ਬੰਦੇ ਉਦੋਂ ਤੱਕ ਆ ਜਾਣਗੇ। ਉਹ ਲਿਆ ਕੇ ਖੜੀ ਕਰ ਛੱਡੀ ਇਹ ਸਮਾਨ ਸਮੂਨ, ਮੈਂ ਲੈ ਆਇਆ ਸਾਰਾ, ਪੈਪ ਲਾ ਕੇ ਮੈਂ ਖਿੱਚ ਲਿਆਇਆ ਵਾਂ। ਮੈਂ ਕਿਹਾ ਚਲੋ ਇੰਦਰ ਮੈਂ ਪਾਣੀ ਪੂਣੀ ਲਾਉਂਦਾ ਵਾਂ, ਅੱਲਾ ਖੈਰ ਕਰੇ ਆ ਹੀ ਜਾਣਗੇ। ਨਾ ਆਉਣਗੇ ਤਾਂ ਚਲੋ ਘੱਟ ਤੋਂ ਘੱਟ ਫੋਨ 'ਤੇ ਕਰਨਗੇ ਨਾ, ਨਾ ਆਉਣਾ ਹੋਵੇ ਤਾਂ ਫੋਨ 'ਤੇ ਕਰਨਗੇ ਨਾ ਕਿ ਭਾਈ ਅਸੀਂ ਨਹੀਂ ਆਉਣਾ ਆ। ਫੋਨ 'ਤੇ ਕੋਈ ਨਹੀਂ ਆਇਆ, ਕਿਉਂਕਿ ਇੱਕ ਦਿਨ ਪਿੱਛੇ ਇਹਨਾਂ ਨੇ ਛੁੱਟੀ ਕੀਤੀ ਸੀ, ਪਹਿਲੀ ਦਿਹਾੜੀ ਲਾ ਕੇ ਦੂਸਰੇ ਦਿਨ ਛੁੱਟੀ ਕੀਤੀ, ਅਤੇ ਫੋਨ ਕਰਤਾ ਸੀ ਕਿ ਬਾਈ ਸਾਡੇ ਕੋਲ ਨਹੀਂ ਅੱਜ ਆਇਆ ਜਾਣਾ ਅਤੇ ਕੱਲ੍ਹ ਨੂੰ ਆਵਾਂਗੇ। ਉਸਤਾਦ ਹੁਣੀ ਆ ਗਏ ਨੇ, ਬਸ ਮਸਾਲਾ ਬਣਾਉਣ ਲੱਗ ਪਏ, ਅੱਲਾ ਖੈਰ ਕਰੇ ਹੋਰ ਥੋੜ੍ਹੀ ਦੇਰ ਤੱਕ ਕਰ ਦਿੰਦੇ ਹਾਂ ਸ਼ੁਰੂ। ਉਸਤਾਦ ਹੁਣੀ ਆ ਗਏ ਆ, ਮਸਾਲਾ ਤਕਰੀਬਨ ਬਣਨ ਦਿਆ ਵਾ, ਹੋਰ 15 ਕੁ ਮਿੰਟਾਂ ਤੱਕ ਬਣ ਜਾਣਾ। ਉਸਤਾਦ ਸੁੱਟਣ ਲੱਗਾ ਇੱਟਾਂ ਅੰਦਰ, ਇਸ ਤੋਂ ਬਾਅਦ ਫਿਰ ਕਰ ਦੇਣਾ ਕੰਮ ਸ਼ੁਰੂ। 15 ਕੁ ਮਿੰਟ ਹੋਏ ਆ ਇਹਨਾਂ ਨੂੰ ਆਇਆਂ ਨੂੰ, ਮਸਾਲਾ ਮਸੂਲਾ ਬਣਾਉਣ ਦੇ ਨੇ, ਅਜੇ ਬਣਿਆ ਨਹੀਂ ਗਾ। ਪਾਣੀ ਲੈ ਕੇ ਆਉਣਾ ਵਾ, ਮੈਂ ਉਹਨੀ ਦੇਰ ਆ ਗਿਆ। ਮੈਂ ਕਿਹਾ ਯਾਰ ਜਾ ਕੇ ਨਾ ਮੈਂ ਮੰਜਾ ਚੁੱਕ ਲਿਆ ਵਾ, ਰਾਤੀ ਬਾਰਬੀਕਿਊ ਪਾਰਟੀ ਕੀਤੀ ਸੀਗੀ, ਮੰਜੇ ਇੱਥੇ ਛੱਤ ਚੜ੍ਹਾਏ ਸੀਗੇ, ਇੱਕ ਅੱਧਾ ਚੁੱਕ ਕੇ ਲੈ ਗਏ ਨੇ, ਇੱਕ ਪਿਆ ਚੁੱਕ ਕੇ ਮੈਂ ਪਿੱਛੇ ਲੈ ਜਾਂਦਾ। ਮੇਰੇ ਦਿਲ ਨੇ ਚੁਣ ਲਈਆਂ ਨੇ ਤੇਰੇ ਦਿਲ ਦੀਆਂ ਰਾਹਾਂ, ਤੂੰ ਜੋ ਮੇਰੇ ਨਾਲ ਟੁਰੇ ਤੇ ਟੁਰਪਣ ਮੇਰੀ ਆਸਾਂ, ਜੀਣਾ ਮੇਰਾ ਹੈ ਮਰਨਾ ਮੇਰਾ ਨਾਲ ਤਰੇ ਸੀ ਕਰਤ ਬਾਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ, ਤੂੰ ਦਿਲ ਤੂੰ ਹੀ ਜਾਨ ਮੇਰੀ, ਮੈਂ ਤੈਨੂੰ ਸਮਝਾਵਾਂ ਕੀ ਨਾ ਤੇਰੇ ਬਾਜੋ ਲੱਗਦਾ ਜੀ। ਤੁਸੀਂ ਇੱਕ ਮਿਸਾਲ ਤਾਂ ਸੁਣੀ ਹੋਣੀ, ਇੱਕ ਬਾਦਸ਼ਾਹ ਸੀਗਾ, ਉਹਨੇ ਪੁੱਲ 'ਤੇ ਆਪਣੇ ਬੰਦੇ ਲਾਏ ਸੀ ਵੀ ਲੋ ਜੀ ਜਿਹੜਾ ਵੀ ਸ਼ਹਿਰੀ ਇੱਥੋਂ ਲੰਘੇ ਨਾ ਉਹਨੂੰ ਤੁਸੀਂ 5 ਛਿੱਤਰ ਮਾਰਨੇ ਆ। ਆਵਾਮ ਨੇ ਕੀ ਕਰਨਾ, ਉੱਥੋਂ ਲੰਘਣਾ, 5 ਛਿੱਤਰ ਖਾਣੇ, ਚੁੱਪ ਕਰਕੇ ਨਿਕਲ ਜਾਣਾ, ਲਾਈਨ 'ਚ ਲੱਗਣਾ, 5 ਛਿੱਤਰ ਖਾਣੇ ਨਿਕਲ ਜਾਣਾ। ਉਹ ਇੱਕ ਦਿਨ ਨਾ ਸਾਰੇ ਸ਼ਹਿਰੀ ਇਕੱਠੇ ਹੋ ਕੇ ਆਏ ਬਾਦਸ਼ਾਹ ਕੋਲ, ਬਾਦਸ਼ਾਹ ਨੂੰ ਇਹ ਕਿ ਬਾਏ ਹੁਣੇ ਮੇਰੀ ਕਦਰ ਕਰਨਗੇ, ਮੈਨੂੰ ਕਹਿਣਗੇ ਬਾਦਸ਼ਾਹ ਕਿ ਆਪਣੇ ਬੰਦੇ ਉੱਥੋਂ ਢਾ ਕਿ ਸਾਨੂੰ ਛਿੱਤਰ ਮਾਰਦੇ ਆ। ਉਹ ਆ ਕੇ ਕਹਿੰਦੇ ਬਾਦਸ਼ਾਹ ਸਲਾਮਤ, ਗੱਲ ਇੱਦਾਂ ਵਾ ਕਿ ਆਪਣੇ ਨਾਲ ਛਿੱਤਰ ਮਾਰਨ ਵਾਲੇ ਬੰਦੇ ਵਧਾ ਦਿਓ, 5-5 ਛਿੱਤਰ ਮਾਰਦੇ ਆ, ਅਸੀਂ ਕੰਮਾਂ 'ਤੇ ਜਾਣਾ ਹੁੰਦਾ, ਲੇਟ ਹੋ ਜਾਂਦੇ ਆ। ਉਹ ਕੱਲ੍ਹ ਕੁੜੀ ਹੋਵੇ ਦਾ ਕੋਈ ਬੰਦਾ ਇੱਥੋਂ ਲੰਘਿਆ ਵਾ, ਆਵਾਰ ਤੋੜ ਗਿਆ, ਕੱਲ੍ਹ ਹੀ ਲਾਏ ਨੇ, ਕੰਧ ਨੂੰ ਕੁੱਬ ਪਾ ਗਿਆ। ਇਹ ਛਿੱਤਰਾਂ ਵਾਲੀ ਕੌਮ ਆ, ਪਾਕਿਸਤਾਨੀ ਕੌਮ ਆ, ਗੁੱਸਾ ਕਰਨ ਦੀ ਗੱਲ ਕੋਈ ਨਹੀਂ, ਇਹ ਹਕੀਕਤਨ ਛਿੱਤਰਾਂ ਵਾਲੀ ਕੌਮ ਆ, ਇਹਨੂੰ ਛਿੱਤਰ ਵੱਜਦੇ ਰਹਿਣ, ਇਹ ਸਹੀ ਰਹਿੰਦੇ ਨੇ, ਇਹ ਬੰਦਾ ਲੱਭ ਜਾਣਾ ਅਤੇ ਬੰਦਾ ਇਹਨੂੰ ਇੱਥੇ ਬੰਨ ਕੇ ਛਿੱਤਰ ਮਾਰੇ। ਲਓ ਜੀ, ਗੱਲ ਇੱਦਾਂ ਵਾ ਕਿ 11 ਦਾ ਟਾਈਮ ਹੋ ਗਿਆ, ਹਾਜੀ ਸਾਹਿਬ ਹੁਣੀ ਤਾਂ ਚੱਲ ਗਏ ਨੇ ਮਸਜਿਦ, ਉਸਤਾਦ ਹੁਣੀ ਲੱਗੇ ਆ, ਅਤੇ ਮੇਰੇ ਨਾਸ਼ਤੇ ਦਾ ਟਾਈਮ ਹੋ ਗਿਆ, ਮੈਂ ਕੀਤਾ ਕੋਈ ਨਹੀਂ।
ਰੋਟੀ ਵੀ ਖਾਣੀ ਚਾਹੀਦੀ ਆ ਕਿ ਹੁਣ ਭੁੱਖ ਲੱਗ ਜਾਂਦੀ ਟਾਈਮ ਨਾਲ ਅੱਗੇ ਤੇ ਮੈਂ ਖਾਂਦਾ ਸੀ ਲੇਟ ਹੀ ਹੁਣ ਟਾਈਮ ਨਾਲ ਉੱਠ ਜਾਂਦਾ ਫਿਰ ਟਾਈਮ ਨਾਲ ਭੁੱਖ ਲੱਗ ਜਾਂਦੀ ਲਾ ਦਿੰਦੇ ਪੌਦਾ ਇੱਕ ਲੱਗਾ ਰਸਤੇ 'ਚ ਉਹਨੂੰ ਕਹਿੰਦੇ ਸੀ ਪਾਣੀ ਲਾ ਦਿਓ ਮੈਂ ਕਿਹਾ ਅੱਛਾ ਲਾ ਦਿੰਦੇ ਗੱਲ ਇੱਦਾਂ ਕਿ ਬੰਦਿਆਂ ਦੀ ਰੋਟੀ ਦਾ ਹੋ ਗਿਆ ਵਾ ਟਾਈਮ ਇੱਕ ਬੰਦੇ ਨੂੰ ਮੈਂ ਕੱਢ ਕੇ ਦੇ ਕੇ ਆਇਆ ਮੋਟਰਸਾਈਕਲ ਗਿਆ ਸਾਲਨ ਲੈਣ ਉਸਤਾਦ ਹੁਣੀ ਲੱਗੇ ਆ ਮਸਾਲਾ ਪਿੱਛੋਂ ਗਿਆ ਮੁੱਕ ਆਖਰੀ ਚੱਲ ਰਿਹਾ ਵਾ ਆਹ ਪੂਰਾ ਕਰਕੇ ਫਿਰ ਇਸ ਤੋਂ ਬਾਅਦ ਰੋਟੀ ਖਾਣਗੇ ਰੋਟੀ ਖਾ ਕੇ ਫਿਰ ਦੁਬਾਰਾ ਮਸਾਲਾ ਬਣਾ ਕੇ ਫਿਰ ਅੱਗੋਂ ਕੰਮ ਕਰਨਗੇ ਹੁਣ ਵਿੱਚ ਰਹਿ ਗਈਆਂ ਦੋ ਕੰਧਾਂ ਇੱਕ ਆਹ ਫਰੰਟ ਦੀ ਰਹਿ ਗਈ ਆ ਅਤੇ ਇੱਕ ਆਹ ਇੱਥੇ ਜਿਹੜੇ ਦਾੜੇ ਛੱਡੇ ਦੇ ਨਾਲ ਰਹਿ ਗਈ ਆਹ ਦੋ ਕੰਧਾਂ ਪਾ ਕੇ ਇਹਨਾਂ ਦਾ ਕੰਮ ਜਾਣਾ ਅੱਜ ਦਾ ਮੁੱਕ ਅਗਰ ਟਾਈਮ ਨਿਕਲਿਆ ਤਾਂ ਆਹ ਕੰਧ ਨੂੰ ਥੋੜ੍ਹਾ ਜਿਹਾ ਹੋਰ ਉੱਚਾ ਕਰਾ ਦੇਣਾ ਤਾਂ ਕਿ ਜਿਹੜਾ ਟੱਪਣ ਟਪਾਉਣ ਵਾਲਾ ਕੰਮ ਨਾ ਇਹ ਤਾਂ ਬੰਦ ਹੋਵੇ ਇਸ ਤੋਂ ਬਾਅਦ ਫਿਰ ਕੱਲ੍ਹ ਨੂੰ ਉਸਤਾਦ ਹੋਣੀ ਆਉਣਗੇ ਆਪਣਾ ਰੇਤ ਮੈਂ ਮੰਗਾਈ ਆ ਰੇਤ ਬਜਰੀ ਲਾ ਗਿਆ ਰੇਤ ਲੈ ਕੇ ਆ ਰਹੇ ਆ ਕੱਲ੍ਹ ਨੂੰ ਉਸਤਾਦ ਹੋਣੀ ਆਉਣਗੇ ਫਿਰ ਇਹਦੇ ਉੱਤੇ ਉਹ ਕੀ ਇਹਨੂੰ ਕਹਿੰਦੇ ਉਸਤਾਦ ਜੀ ਡੈਂਪ ਪਾਉਣਗੇ ਫਿਰ ਆਹ ਪੀ ਸੀ ਫਿਰ ਕੱਲ੍ਹ ਨੂੰ ਪਏਗੀ ਗੱਲ ਇੱਦਾਂ ਕਿ ਪਾਰਕ 'ਤੇ ਸਾਡਾ ਚੁਕਾਤਾ ਉਹਨਾਂ ਨੇ ਪਾਰਕ 'ਚੋਂ ਮੰਜਾ ਚੁੱਕਿਆ ਗਿਆ ਆਹ ਮੰਜਾ ਪਿਆ ਅਤੇ ਇੱਥੇ ਆ ਗਈ ਧੁੱਪ ਅੱਜ ਸਾਰੀ ਦਿਹਾੜੀ ਲੰਘ ਗਈ ਧੁੱਪ 'ਚ ਉਸਤਾਦ ਹੋਣੀ ਵੀ ਧੁੱਪ ਹੁਣ ਇਹਨਾਂ ਨੇ ਰੋਟੀ ਖਾਣੀ ਹੈ ਵੀ ਦੇਖਣ ਦੇ ਕਿ ਹੁਣ ਕਿੱਥੇ ਬਹਿਣਾ ਛਾਂ ਵਾਲੀ ਜਗ੍ਹਾ ਕੋਈ ਨਹੀਂ ਹੈ ਇੱਥੇ ਨਾ ਛਾਂ ਹੁੰਦੀ ਸੀਗੀ ਇੱਥੇ ਆ ਪੌਦਿਆਂ ਦੀ ਇੱਥੇ ਥੱਲੇ ਰੱਖ ਕੇ ਬਹਿ ਜਾਈਦਾ ਸੀ ਮੰਜਾ ਉਹ ਸਾਹਮਣੇ ਘਰ ਆ ਪਰਲੇ ਪਾਸੇ ਉਹਨਾਂ ਦੀ ਜਾਣ ਕੋ ਬਹੁਤ ਹੀ ਔਖੀ ਸੀਗੀ ਉਹਨਾਂ ਨੇ ਨਾਲ ਸਾਡੀ ਵੀ ਔਖੀ ਕਰ ਛੱਡੀ ਆ ਕਹਿੰਦੇ ਹੁੰਦੇ ਆ ਮਜਬੂਰੀ ਦਾ ਨਾ ਸ਼ੁਕਰੀਆ ਸਾਨੂੰ ਤਾਂ ਜਗ੍ਹਾ ਕੋਈ ਨਹੀਂ ਲੱਭੀ ਅਸੀਂ ਲਾ ਲਏ ਆ ਡੇਰੇ ਆਹ ਡੇਰੇ ਲਾ ਕੇ ਬਹਿ ਗਏ ਹਾਂ ਬੰਦੇ ਹੁਣ ਰੋਟੀ ਖਾ ਲੈਣ ਬਜਰੀ ਆ ਗਈ ਸੀ ਆ ਉਸਤਾਦ ਹੁਣੀ ਲਾ ਕੇ ਗਏ ਨੇ ਥੋੜ੍ਹੀ ਦੇਰ ਪਹਿਲਾਂ ਹੀ ਹੁਣ ਰੇਤ ਲਾਹਣ ਆਏ ਆ ਰੇਤ ਬਜਰੀ ਦਾ ਵੀ ਕੰਮ ਆਪਣਾ ਮੁੱਕ ਗਿਆ ਬਸ ਜਿਹੜੀ ਆ ਗਈ ਆ ਬਾਕੀ ਕੰਮ ਆਪਣਾ ਇਹਦੇ ਨਾਲ ਹੀ ਹੋ ਜਾਣਾ ਇਨਸ਼ਾਅੱਲਾ ਮੇਰੇ ਅੱਲਾ ਨੇ ਚਾਹਿਆ ਰੇਤ ਵਾਲੇ ਨੂੰ ਪੈਸੇ ਦੇਣੇ ਸੀ ਉਹਦੇ ਕੋਲ ਟੁੱਟੇ ਨੇ ਸੀ ਇੱਥੇ ਕਲੋਨੀ 'ਚ ਆਇਆ ਸੀਗਾ ਇੱਥੇ ਹੁਣ ਪਿੱਛੇ ਦੁਕਾਨ ਹੈ ਇੱਕ ਉਹਨਾਂ ਕੋਲ ਲੈ ਕੇ ਆਇਆ ਉਹਨਾਂ ਨੂੰ ਜਾ ਕੇ ਦਿੰਦਾ ਬਲ ਬੱਤੀਆਂ ਤੇ ਮਾਹੀ ਮੇਖੂ ਮਾਰੋ ਸੰਗਲਾ ਨਾਲ ਹਾਲ ਸਾਡਾ ਸੰਗਲਾ ਨਾਲ ਹੀ ਕੁੱਟ ਖਾਣ ਵਾਲਾ ਹੋਇਆ ਕੀ ਦੱਸਣ ਦੇ ਸੀ ਭਲਾ ਇੱਕ ਬਾਦਸ਼ਾਹ ਸੀਗਾ ਮਤਲਬ ਕਿ ਲਾ ਲਓ ਕਿ ਦੁਨੀਆ ਦਾ ਸਲਤਨਤ ਦਾ ਹਿਸਾਬ ਉਹਦੇ ਕੋਲ ਸਾਰਾ ਹੀ ਸਲਤਨਤ ਹਿਸਾਬ ਸਾਰਾ ਸੀਗਾ ਉਹਦੇ ਕੋਲ ਹੋਲਡ ਉਹਨੇ ਕਿਹਾ ਯਾਰ ਮੇਰੀ ਰਾਤ ਜਿਹੜਾ ਕਵਰ ਦੇ ਵਿੱਚ ਕੱਢੇਗਾ ਨਾ ਮੈਂ ਉਹਨੂੰ ਆਪਣੀ ਸਾਰੀ ਬਾਦਸ਼ਾਹੀ ਦੇ ਕੇ ਜਾਵਾਂਗਾ ਜੋ ਦੁਨੀਆ ਦਾ ਮੇਰੇ ਕੋਲ ਸਭ ਕੁਛ ਹੈ ਮੈਂ ਉਹਨੂੰ ਦੇ ਕੇ ਜਾਵਾਂ ਇੱਕ ਮਿਹਾਰ ਸੀਗਾ ਉਹ ਦੁਨੀਆ ਦਾ ਕਿਹਾ ਹੋਇਆ ਖੋਤੇ ਤੋਂ ਉਹਨੇ ਕਿਹਾ ਯਾਰ ਇੱਦਾਂ ਵੀ ਤਾਂ ਮਰਨ ਹੀ ਡੇ ਹੈ ਅਤੇ ਕਿਉਂ ਨਹੀਂ ਬਾਦਸ਼ਾਹ ਜੀ ਨਾ ਕੱਢ ਲੈਂਦੇ ਰਾਤ ਕਵਰ ਦੇ ਵਿੱਚ ਉਹਨੇ ਇਹ ਗੱਲ ਸੋਚ ਕੇ ਨਾ ਉਹਨੇ ਕਿਹਾ ਯਾਰ ਮਰੇ ਤਾਂ ਹੈ ਹੀ ਹੈ ਅਤੇ ਚਲੋ ਇੱਦਾਂ ਕਰਦੇ ਹਾਂ ਉਹ ਭਾਈ ਉਹਨੇ ਕਿਹਾ ਚਲਾ ਗਿਆ ਦੁਨੀਆ 'ਚ ਐਲਾਨ ਕਰਾ ਤਾ ਉਹਨੇ ਕਿਹਾ ਮਸਲ ਬਾਦਸ਼ਾਹ ਨੇ ਉਹਨੇ ਕਿਹਾ ਤੁਹਾਡੀ ਕਬਰ ਦੇ ਵਿੱਚ ਮੈਂ ਸੋਵਾਂਗਾ ਉਹਨੇ ਕਿਹਾ ਠੀਕ ਹੈ ਉਹਨੇ ਕਿਹਾ ਸਾਰੀ ਦੁਨੀਆ ਇਕੱਠੀ ਕਰ ਲਈ ਉਹਨਾਂ ਕਿਹਾ ਲੋਈ ਘੁਮਿਆਰ ਨੇ ਸੋਣਾ ਵਾ ਰਾਤ ਆ ਗਏ ਜੀ ਉਹ ਟਾਈਮ ਆ ਗਿਆ ਘੁਮਿਆਰ ਸਾਹਿਬ ਨਾਲ ਦਫਨਾ ਦਿੱਤਾ ਵਿੱਚ ਭਾਈ ਅਗਲੇ ਦਿਨ ਜਦੋਂ ਮਸਲ ਦਿਨ ਚੜਿਆ ਵਾਮ ਫਿਰ ਇਕੱਠੀ ਹੋ ਗਈ ਘੁਮਿਆਰ ਨੇ ਨਿਕਲਣਾ ਉਹਨੇ ਬਾਦਸ਼ਾਹ ਬਣ ਗਿਆ ਘੁਮਿਆਰ ਭਾਈ ਉੱਠਿਆ ਅਤੇ ਉੱਠ ਕੇ ਉਹਨੇ ਦੌੜ ਲਾ ਦਿੱਤੀ ਵਾਮ ਦੇ ਵਿੱਚ ਉਹਨੇ ਕਿਹਾ ਕੀ ਹੋਇਆ ਯਾਰ ਕਹਿੰਦਾ ਯਾਰ ਵਾਮ ਇੰਨੀ ਵਾਮ ਦਾ ਮੈਂ ਹਿਸਾਬ ਕਿੱਥੋਂ ਦੇਣਾ ਮੇਰੇ ਕੋਲ ਸਾਰੀ ਰਾਤ ਖੋਤੇ ਦਾ ਹਿਸਾਬ ਦਿੱਤਾ ਗਿਆ ਕਿੱਥੇ ਪਾਣੀ ਪਾਇਆ ਕਿੱਥੇ ਨਹੀਂ ਕਹਿੰਦਾ ਮੇਰੇ ਕੋਲ ਸਾਰੀ ਰਾਤ ਖੋਤੇ ਦਾ ਹਿਸਾਬ ਨਹੀਂ ਦਿੱਤਾ ਗਿਆ ਭਰਾਵਾ ਅਤੇ ਇੰਨੀ ਜਨਤਾ ਦਾ ਮੈਂ ਹਿਸਾਬ ਕਿੱਥੋਂ ਦੇਣਾ
ਇਹ ਸਤਾਦ ਨੂੰ ਮੈਂ ਦਿਲ ਦੀ ਕਹਾਣੀ ਸੁਣਾਈ ਨਾ ਕਿ ਉਹਨੇ 15 ਲੱਖ ਖਾ ਲਿਆ ਮੇਰਾ। ਉਸਤਾਦ ਮੈਨੂੰ ਮਿਸਾਲ ਸੁਣਾ ਰਿਹਾ ਕਿ ਇੱਕ ਹਿਸਾਬ ਤੇ ਇੱਕ ਖੋਤੇ ਦਾ ਨਹੀਂ ਦਿੱਤਾ ਗਿਆ ਘੁਮਿਆਰ ਕੋ, ਤਾਂ ਤੇਰੇ 15 ਲੱਖ ਦਾ ਹਿਸਾਬ ਕਿੱਥੋਂ ਦੇਗਾ? ਉਹਨੇ ਖਾਲੀ ਮੇਰਾ ਹੀ 15 ਨਹੀਂ ਖਾਧਾ, ਹੋਰ ਵੀ ਵਾਮ ਦੇ ਬਥੇਰੇ ਖਾਧੇ ਆ। ਗਰਮੀ ਇੰਨੀ, ਮੇਰਾ ਤਾਂ ਜ਼ਿਹਨ ਹੀ ਕੰਮ ਕਰਨਾ ਬੰਦ ਕਰ ਗਿਆ। ਘੰਟਾ ਹੋ ਗਿਆ ਮੋਟਰ ਚਲਾ ਕੇ ਘਰੋਂ ਆ ਗਿਆ, ਪਾਣੀ ਚਲਾਇਆ ਹੀ ਨਹੀਂ, ਆ ਹੁਣ ਚਲਵਾਇਆ ਫੋਨ ਕਰਕੇ। ਸ਼ਰ ਕੱਲ੍ਹ ਇੱਦਾਂ ਵਾ ਕਿ ਟਾਈਮ ਹੋ ਗਿਆ ਵਾ 4:32, 4:30 ਟਾਈਮ ਹੋ ਗਿਆ ਵਾ, ਅਤੇ ਕੰਮ ਤੁਹਾਨੂੰ ਪਤਾ ਕਿੰਨਾ ਸੀਗਾ, 3 ਕੰਧਾਂ ਸੀਗੀਆਂ, ਅਤੇ ਹੁਣ ਸੀਮਟ ਥੋੜ੍ਹਾ ਜਿਹਾ ਪਿਆ, ਹੋਰ 10 ਮਿੰਟ ਇਹਨਾਂ ਨੇ ਤਿਆਰੀ ਫੜ ਲੈਣੀ, ਚੱਲੀਏ। ਕੰਮ ਕਿੰਨਾ ਸੀਗਾ ਜੀ? ਆਹ ਵਿੱਚ ਵਾਲੀਆਂ 2 ਕੰਧਾਂ ਨਿੱਕੀਆਂ ਨਿੱਕੀਆਂ ਆਹ ਕੀਤੀਆਂ, ਅਤੇ ਉਹ ਪਿਛਲੀ ਕੰਧ ਇੱਕ ਵਾਰ ਸੀਗਾ ਆਹ ਲਾਇਆ, ਇੱਕ ਵਾਰ ਸੀਗਾ ਇਸ ਕੰਧ ਜਿਹੜਾ ਆਹ ਲਾਉਣਾ ਸੀਗਾ, ਅਤੇ ਇੱਕ ਅਤੇ ਉਹ 2, ਆਹ 2 ਕੰਧਾਂ ਕੀਤੀਆਂ, ਆਹ ਫਰੰਟ ਵਾਲੀ ਕੰਧ। ਹੁਣ ਭਾਈ ਇਹਨਾਂ ਦਾ ਤਰਲਾ ਪਾਵਾਂਗੇ, ਤੁਹਾਡੀ ਮਿਹਰਬਾਨੀ, ਆਹ ਕੰਧ ਕਰਕੇ ਜਾਇਓ। ਉਹਦੀ ਵਜ੍ਹਾ ਇਹ ਆ ਕਿ ਇਹ ਕੰਧ ਕਰਕੇ ਜਾਣਗੇ ਅਤੇ ਇਹਦੇ ਉੱਤੇ ਫਿਰ ਕੱਲ੍ਹ ਨੂੰ ਉਹ ਡੈਂਪ ਜਿਹਾ ਪਾਉਣਗੇ DPCU ਜੋ ਵੀ ਆ, ਜੇ ਇਹ ਅੱਜ ਇਹ ਛੱਡ ਗਏ ਤਾਂ ਫਿਰ ਉਹ ਕੰਮ ਪਰਸੋਂ ਦੇ ਪੈ ਜਾਣਾ, ਅਤੇ ਇਹ ਤਾਂ ਮਾੜੀ ਗੱਲ ਆ, 3 ਦਿਨਾਂ ਦੇ ਵਿੱਚ ਕੰਮ ਤੋਂ ਕੰਮ ਇੰਨਾ ਤਾਂ ਕੰਮ ਇਹਨਾਂ ਨੂੰ ਖਤਮ ਕਰਨਾ ਚਾਹੀਦਾ। ਅੱਜ 3rd ਦਿਨ ਆ, ਆਹ ਸਿਰਫ ਇੰਨੀਆਂ ਇੰਨੀਆਂ ਕੰਧਾਂ ਜਿਹੜੀਆਂ ਉਹ ਨਹੀਂ ਇਹਨਾਂ ਕੋਲ ਪੂਰੀਆਂ ਹੋਈਆਂ ਹੈ। ਹੁਣ ਇੱਥੇ ਕਲੋਨੀ 'ਚ ਕੋਈ ਹੋਰ ਬੰਦਾ ਆਇਆ ਸੀਗਾ, ਉਹਦੇ ਕੋਲ ਗਏ ਆ ਜੀ, ਉਹਨੇ ਸੱਦਿਆ ਯਾਰ ਆ ਕੰਮ ਥੋੜ੍ਹਾ ਜਿਹਾ ਦੇਖ ਕੇ ਦੱਸਿਓ, ਉਹ ਕੰਮ ਦੇਖਣ ਗਏ ਆ। 5:00 ਆ, ਅਸਰ ਦੀਆਂ ਅਜ਼ਾਨਾਂ ਹੋ ਕੇ ਹਟੀਆਂ ਹੋਣੀ, ਅਤੇ ਬਾਹਰ ਰਹਿ ਗਏ ਨੇ ਆਪਣੇ 1, 2, 3, 4 ਮਸਾਲਾ ਬਣਿਆ ਪਿਆ, ਉਸਤਾਦ ਹੁਣੀ ਕਹਿੰਦੇ ਲਾ ਕੇ ਜਾਵਾਂਗੇ। ਬਸ ਆਹ ਮੁੱਕਦਾ ਵਾ, ਅਤੇ ਕੱਲ੍ਹ ਨੂੰ ਫਿਰ ਉਹ DPC ਵਾਲਾ ਕਰਾ ਕੇ, ਅਤੇ ਫਿਰ ਉਹ ਤੋਂ ਬਾਅਦ ਕੰਧ ਕਰਾਉਣੀ ਇੱਕ ਆ ਪਿਛਲੀ ਆ ਪਲਾਟ ਦੀ, ਕਲੋਨੀ ਵਾਲਿਆਂ ਨੂੰ ਬਹੁਤ ਹੀ ਤੰਗੀ ਹੈ ਇਹਦੀ। ਜਿੰਨੀ ਸਪੀਡ ਉਸਤਾਦ ਜੀ ਤੁਸੀਂ ਹੁਣ ਮਾਰੀ ਨਾ, ਇੱਥੇ ਆ ਕੇ ਮੈਂ ਕਿਹਾ ਜਿੱਦਾਂ ਸਪੀਡ ਮਾਰੀ ਹੈ ਨਾ, ਇਹ 2 ਦਿਨ 'ਚ ਮਾਰੀ ਹੁੰਦੀ ਤਾਂ ਤੁਸੀਂ ਕੰਧਾਂ ਸਾਰੀਆਂ 2 ਦਿਨਾਂ 'ਚ ਕਰ ਦੇਣੀਆਂ ਸੀ। ਹੈ ਕਿਉਂ ਕਿਉਂ? ਅੱਛਾ, ਤੂੰ ਕਿਹਾ ਪਤਾ ਹੋਣਾ ਲੱਗੇ ਕੰਧਾਂ ਫਿਰ 3 ਦਿਨਾਂ 'ਚ ਹੋਣੀਆਂ ਚਾਹੀਦੀਆਂ। ਅੱਛਾ ਚਲੋ, ਅੱਲਾ ਖੈਰ ਕਰੇ, ਨਿਬੜ ਜਾਵੇ ਹੁਣ ਇਹ। ਲਓ ਜੀ, ਗੱਲ ਇੱਦਾਂ ਵਾ ਕਿ ਅੱਜ ਦਾ ਕੰਮ ਵੀ ਆਲਮੋਸਟ ਪੂਰਾ ਹੋ ਚੱਲਾ ਵਾ, ਆਖਰੀ ਵਾਰ ਰਹਿ ਗਿਆ ਇਹਦੇ ਉੱਤੇ, ਉਹ ਇਹਨਾਂ ਨੇ ਇਸ ਤੋਂ ਬਾਅਦ ਲਾ ਦੇਣਾ ਵਾ। ਅੱਜ ਦੀ ਦਿਹਾੜੀ 'ਚ ਆਪਾਂ ਇੱਕ ਆਹ ਕੰਧ ਕੀਤੀ ਆ, 2 ਵਿੱਚ ਬੈਠਕ ਵਾਲੀਆਂ, 1 ਉੱਪਰਲੀ, ਅਤੇ ਕੰਮ ਆਪਣਾ ਅੱਜ ਦਾ ਮੁੱਕ ਗਿਆ। ਹੁਣ ਪਿੱਛੇ ਰਹਿ ਗਿਆ DPC ਵਾਲਾ, ਉਹ ਕੱਲ੍ਹ ਨੂੰ ਕਰਨਾ ਵਾ, ਅਤੇ ਮੇਰੇ ਹਿਸਾਬ ਨਾਲ ਇੱਥੇ ਵੀਡੀਓ ਖਤਮ ਕਰਨੀ ਚਾਹੀਦੀ ਆ। ਅਤੇ ਮੈਨੂੰ ਦਿਓ ਇਜਾਜ਼ਤ, ਅਗਰ ਵੀਡੀਓ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਸ਼ੇਅਰ ਕਰ ਦਿਓ ਆਪਣੇ ਕਿਸੇ ਨਾ ਕਿਸੇ ਦੋਸਤ ਨਾਲ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਅੱਲਾ ਹਾਫਿਜ਼। على عهد قناديني على ارض تلاقيني انا نهلي انا فديهم انا دمي فلسطيني فلسطيني